सो सारे साथियों जय भीम, जय जय पाठ, जय पाठ, गुरुदेव, धन गुरुदेव, जय वाल्मीकि, हर हर वाल्मीकि। सो अज चीमा खुरद चीमा कलां पिंड दे विच जिहड़ा तरन तारण जिले दे विच पैंदा, सो जिहड़ी बीते दिन जिहड़ी घटना एक जिहड़ा दिल्ली मोर्चे दे विच किसान मोर्चे दे विच वापरी सी, जिस विच नहंग सिंघां ने एक ऐसी भाईचारे दे नाल संबंध रखदे आदमी नूं जिहड़ा बेरहमी दे नाल जिहड़ा कतल करके उहनूं टंग दित्ता, जिस तरह बकरे नूं आपां वढ के जिस तरह आम दुकानां दे उपर टक्किया, उह हालात कीते आ। पर करन दी जिहड़ी वजह सीगी जो श्री गुरु ग्रंथ साहिब महाराज दी बेअदबी इह कह रहे सीगे, सो बाद में जिहड़ियां वीडियो जिन्नियां वायरल होईयां, जिन्ना सारिआं ने मीडिया राहीं देखिआ, सारिआं ने अपने अपने तौर ते उहदा घोग पड़ताल भी कीती आ। सो अज जिहड़ी गुरु रविदास टैगर फोर्स दे सारे साथी जिहड़े आ ਉਹ ਇੱਥੇ ਪਿੰਡ ਦੇ ਵਿੱਚ ਪਹੁੰਚੇ ਆ, ਜਿਸ ਵਿੱਚ ਜਿਹੜਾ ਸਾਡੇ ਜਿਹੜੇ ਸਮਾਜ ਦੇ ਨੂੰ ਜਿਹੜਾ ਬੇਰਹਿਮੀ ਦਾ ਕਤਲ ਕੀਤਾ, ਉਹਨਾਂ ਦੀ ਜਿਹੜੀ ਸਿਸਟਰ ਆ ਉਹਨਾਂ ਦੇ ਘਰ ਵਿੱਚ ਇੱਥੇ ਪਹੁੰਚਿਆ। ਇੱਥੇ ਇਸ ਘਰ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਵੀ ਘਰ ਦੀ ਕੀ ਹਾਲਾਤ ਆ, ਜਿਹੜੇ ਘਰ ਦੇ ਵਿੱਚ ਉਹ ਰਹਿੰਦਾ ਸੀ। ਸੋ ਇਹਨਾਂ ਦੀ ਭੈਣ ਦੇ ਨਾਲ ਕੋਈ ਕਾਫੀ ਵਿਚਾਰ ਜਿਹੜੇ ਗੱਲਾਂ ਬਾਤਾਂ ਹੋਈਆਂ, ਜਿਹੜਾ ਪੁੱਛਿਆ ਵੀ 50 ਰੁਪਏ ਲੈ ਕੇ ਜਿਹੜਾ ਵੀ ਉਹ ਮੰਡੀ ਵਿੱਚ ਗਿਆ ਸੀਗਾ। ਸੋ ਦੇਖੋ 50 ਰੁਪਏ ਲੈ ਕੇ ਉਹ ਦਿੱਲੀ ਮੋਰਚੇ 'ਤੇ ਪਹੁੰਚਣਾ, ਮੈਂ ਕਹਿੰਦਾ ਬਹੁਤ ਵੱਡੀ ਗੱਲ ਜਿਹੜੀ ਹੁੰਦੀ ਆ ਵੀ ਇਹ ਜਿਹੜੀ ਪੜਤਾਲ ਆ ਉਹ ਪੂਰੀ ਕੀਤੀ ਜਾਵੇ। ਵੀ ਹੋਰ ਵੀ ਦੱਸਿਆ ਵੀ ਇੱਡੀ ਦੂਰ ਤੱਕ ਉਹ ਕਦੀ ਨਹੀਂ ਗਿਆ, ਵੀ ਲਾਗੇ ਛਾਗੇ 2-4 ਜਾਂ 5 ਦਿਨ ਰਹਿ ਕੇ ਵਾਪਸ ਆ ਜਾਂਦਾ ਸੀ, ਪਰ ਇੰਨੀ ਦੂਰ ਜਾਣਾ ਕੋਈ ਮਾਮੂਲੀ ਗੱਲ ਨਹੀਂ ਲੱਗਦੀ। ਜਿਹੜਾ ਇਹਦੀ ਜਿਹੜੀ ਭੋਗ ਪੜਤਾਲ ਵਾਸਤੇ ਅਤੇ ਸਾਡੇ ਜਿਹੜੇ ਪੰਜਾਬ ਦੇ ਹੁਣ DGP ਸਾਹਿਬ ਨਵੇਂ ਲੱਗੇ ਆ ਅਤੇ ਜਿਹੜੇ ਇੱਥੇ ਦੇ SSP ਹਰਵਿੰਦਰ ਸਿੰਘ ਵਿਰਕ ਜੀ ਆ ਤਰਨ ਤਾਰਨ ਦੇ, ਉਹਨਾਂ ਨਾਲ ਗੱਲਬਾਤ ਹੋਈ ਆ ਅਤੇ ਕਹਿੰਦੇ ਜੀ SIT ਜਿਹੜੀ ਬਣੀ ਆ। ਸੋ SIT ਦਾ ਸਿੱਟਾ ਜਿਹੜਾ ਅੱਜ ਗੁਰੂ ਰਵਿਦਾਸ ਟੈਗਰ ਫੋਰਸ ਜਿਹੜੀ ਆ ਹਫ਼ਤੇ ਦੇ ਵਿੱਚ ਕਹਿੰਦੀ ਆ ਵੀ 1 ਹਫ਼ਤੇ ਦੇ ਵਿੱਚ ਜਿਹੜਾ ਇਹਦਾ SIT ਦਾ ਸਿੱਟਾ ਜਿਹੜਾ ਪੂਰੇ ਸੰਸਾਰ ਪੂਰੇ ਰਵਿਦਾਸੀਆ ਸਮਾਜ ਵਾਲਮੀਕ ਸਮਾਜ ਦੇ ਸਾਹਮਣੇ ਜਿਹੜਾ ਲਿਆਂਦਾ ਜਾਵੇ, ਤਾਂ ਜੋ ਅਸਲੀਅਤ ਆ ਵੀ ਇਹ ਆਦਮੀ ਇੱਥੋਂ ਜਿਹੜਾ ਤਰਨ ਤਾਰਨ ਤੋਂ ਦਿੱਲੀ ਮੋਰਚੇ 'ਤੇ ਕਿੱਦਾਂ ਗਿਆ। ਜਿਹੜੀ ਉਹ ਵੀਡੀਓ ਵਿੱਚ ਕਹਿ ਰਿਹਾ ਵੀ 30,000 ਰੁਪਈਆ ਦੇ ਕੇ ਸਾਰੇ ਸਾਥੀਆਂ ਨੂੰ ਹੋਰ ਵੀ ਕਈ ਲੈ ਕੇ ਗਏ ਆ, ਇਹਦੀ ਪੂਰੀ ਹੜਤਾਲ ਪੜਤਾਲ ਹੋ ਕੇ ਸਾਰੇ ਜਨਤਕ ਕੀਤੀ ਜਾਵੇ, ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਹਿੰਦੇ ਆ, ਸਾਡੇ ਜਿਹੜੇ ਡੇਰੇ ਆ ਸ਼੍ਰੀ ਗੁਰਦਾਸ ਸਾਧੂ ਸੰਪਦਾ ਸੁਸਾਇਟੀ ਦੇ ਡੇਰੇ ਆ, ਕਈ ਜਿਹੜੇ ਆ ਉਹਨਾਂ ਨੂੰ ਮੰਨਦੇ ਆ, ਕਈ ਡੇਰਿਆਂ ਦੇ ਪਿੰਡਾਂ ਵਿੱਚ ਦੇਖਿਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਆ, ਰਵਿਦਾਸੀਆ ਧਰਮ ਦਾ ਪ੍ਰਚਾਰ ਹੋ ਰਿਹਾ ਜਿੱਥੇ ਅੰਮ੍ਰਿਤ ਬਾਣੀ ਵੀ ਪੂਰੇ ਸੰਸਾਰ ਪੂਰੇ ਵਰਲਡ ਵਿੱਚ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਵੀ ਜਿਹੜੀ ਆ 40 ਸ਼ਬਦ ਇੱਕ ਸਲੋਕ ਆ ਜਿਹੜੇ ਦਰਜ ਆ। ਸੋ ਸਾਡੇ ਵਿੱਚ ਵੀ ਉਨੀ ਆਸਥਾ ਆ, ਸਾਡੇ ਸਮਾਜ ਵਿੱਚ ਸਾਨੂੰ ਵੀ ਲੱਗਦਾ ਆ ਵੀ ਜਿਹੜੀ ਅਸਲੀਅਤ ਆ ਉਹ ਸਾਰਿਆਂ ਦੇ ਸਾਹਮਣੇ ਆਵੇ। ਜੇਕਰ ਬੇਅਦਬੀ ਇਹਨਾਂ ਨੇ ਕੀਤੀ ਜਾਂ ਕਿਸੇ ਨੇ ਕਰਾਈ ਆ, ਹੋਰ ਕਿੰਨੇ ਬੰਦੇ ਆ, ਇਕੱਲਾ ਇਹ ਬੰਦਾ ਨਹੀਂ ਹੋਣਾ, ਇਹਦੇ ਪਿੱਛੇ ਕਈ ਹੋਰ ਬੰਦੇ ਹੋਣੇ ਆ, ਉਹ ਵੀ ਜਿਹੜਾ ਜਨਤਕ ਤੌਰ 'ਤੇ ਉਹ ਵੀ ਸਲਾਖਾਂ ਦੇ ਪਿੱਛੇ ਜਾਣਾ ਚਾਹੀਦਾ ਹੈ। ਸੋ ਜਿਹੜੀ ਜ਼ਿੰਮੇਵਾਰੀ ਨਹੰਗ ਸਿੰਘ ਨੇ ਲਈ ਆ, ਅਮਨ ਨੇ, ਉਹਦੇ ਵੀ ਕਈ ਪਰਚੇ ਜਿਹੜੇ ਆ ਉਹ ਅੱਜ ਸਾਹਮਣੇ ਆਏ ਆ। ਅੱਜ ਮੈਂ ਵੀਡੀਓ ਦੇਖ ਰਿਹਾ ਜਿੱਥੇ ਲੱਖਾ ਸਧਾਣਾ ਅਤੇ ਹੋਰ ਆ ਉਹਨਾਂ ਨੇ ਵੀ ਅੱਜ ਆਪਣਾ ਸਟੇਟਮੈਂਟ ਦਿੱਤੀ, ਬਿਆਨ ਦਿੱਤਾ ਵੀ ਇਹ ਜਿਹੜੇ ਨਹੰਗ ਸਿੰਘ ਆ ਸਾਡੇ ਨਹੀਂ ਹੈਗੇ। ਉਹ ਵੀ ਦੇਖੋ ਹੁਣ ਜਿਹੜੀਆਂ ਹੋਰ ਗੱਲਾਂ ਕਾਫੀ ਨਿਕਲ ਜਾਣੀਆਂ, ਜਿਹੜੀ BJP RS ਨਾਲ ਮੀਟਿੰਗ ਦੇ ਵਿੱਚ ਉਹ ਰੋਟੀ ਖਾ ਰਿਹਾ, ਸਭ ਕੁਝ ਕਰ ਰਿਹਾ, ਉਹ ਵੀ ਤਾਂ ਜਨਤਕ ਆ। ਪਰ ਇਹ ਜਿਹੜੀ ਪਲੈਨਿੰਗ ਇੱਦਾਂ ਨਹੀਂ ਜੇ ਕਿਸਾਨ ਮੋਰਚੇ ਨੂੰ ਢਾਹ ਲਾਉਣੀ ਆ, ਬਈ ਇੱਦਾਂ ਇੱਕ ਉਹ ਜਿਹੜਾ ਇੱਕ ਗਰੀਬ ਬੰਦੇ ਨੂੰ ਆਪਾਂ ਮਾਰ ਕੇ ਉਹ ਕਿਸਾਨ ਮੋਰਚੇ ਨੂੰ ਢਾਹ ਨਹੀਂ ਲੱਗ ਸਕਦੀ, ਕਿਉਂਕਿ ਕਿਸਾਨ ਮੋਰਚਾ ਜਿਹੜੀ ਆ ਇੱਕ ਜਾਤ ਪਾਤ ਤੋਂ ਉੱਪਰ ਜਿਹੜਾ ਇੱਕ ਮੋਰਚਾ ਆ। ਸੋ ਉਹਨਾਂ ਦਾ ਵੀ ਬਿਆਨ ਆਇਆ ਵੀ ਜਿਹੜਾ ਇਹਨਾਂ ਨਹੰਗ ਸਿੰਘ ਨੇ ਜੋ ਕੀਤਾ ਆ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਇਹਨਾਂ ਨੇ ਆਪ ਕੀਤਾ ਆ। ਸੋ ਉਹ ਵੀ ਜਿਹੜਾ ਇਹ ਗਰੀਬ ਪਰਿਵਾਰ ਦੇ ਨਾਲ ਖੜੇ ਆ, ਅੱਜ ਅਸੀਂ ਭੈਣ ਦੇ ਨਾਲ ਆਪਣਾ ਯਕੀਨ ਕਰਦੇ ਹਾਂ ਵੀ ਗੁਰੂ ਰਵਿਦਾਸ ਟੈਗਰ ਫੋਰਸ ਦਿਨ ਰਾਤ ਜਿਹੜੀ ਆ ਇਹਨਾਂ ਦੇ ਪਰਿਵਾਰ ਦੇ ਨਾਲ ਖੜੀ ਆ। ਜਿੰਨੇ ਚੱਕਰ ਇਨਸਾਫ ਜਿਹੜਾ ਅਸਲੀਅਤ ਸਾਹਮਣੇ ਨਹੀਂ ਆਉਂਦੀ, ਉਨੇ ਚੱਕਰ ਜੇਕਰ ਪੰਜਾਬ ਬੰਦ ਦੀ ਕਾਲ ਦੇਣੀ ਹੋਵੇ ਉਹ ਵੀ ਗੁਰੂ ਰਵਿਦਾਸ ਟੈਗਰ ਫੋਰਸ ਚੰਦ ਦਿਨਾਂ ਭਾਈ ਦੇ ਦੂੰਗੀ। ਸੋ ਸਾਡੇ ਨਾਲ ਆਏ ਚੇਅਰਮੈਨ ਸਾਹਿਬ, ਸਾਡੇ ਲਵਲੀ ਪੰਡੋਰੀ ਜੀ, ਵਾਈਸ ਪ੍ਰਧਾਨ ਵਿੰਦਰ ਸਰੋਆ ਜੀ, ਸੋਨੂੰ ਸਿੰਗੜੀਵਾਲ ਜੀ, ਡੇਰਾ ਸੱਚਖੰਡ ਬੱਲਾਂ ਤੋਂ ਸੁੱਖੀ ਬਾਬਾ ਜੀ, ਸਾਡੇ ਰਵੀ ਜੁੰਬੇ ਜ਼ਿਲ੍ਹਾ ਪ੍ਰਧਾਨ ਜੀ, ਸਾਡੇ ਦਸੂਹੇ ਤੋਂ ਮਨੀਸ਼ ਜੀ, ਮਨੀਸ਼ ਦੁਆਬਾ ਪ੍ਰਧਾਨ ਜੀ, ਅਤੇ ਸਮੁੱਚੀ ਬੱਬੀ ਜੀ, ਸਮੁੱਚੀ ਟੀਮ ਜਿਹੜੀ ਆ ਜਿੱਥੇ ਪਹੁੰਚੀ ਆ। ਸੋ ਅਸੀਂ ਵਿਸ਼ਵਾਸ ਦਵਾ ਕੇ ਚੱਲੇ ਹਾਂ ਵੀ ਇਹ ਪਰਿਵਾਰ ਦੇ ਨਾਲ ਖੜੇ ਹਾਂ, ਜੋ ਹੋ ਸਕਿਆ ਸਾਡੇ ਕੋਲ ਅਸੀਂ ਸਾਰੇ ਸਾਥੀ ਕਰਾਂਗੇ, ਜੋ ਅਸਲੀਅਤ ਆ ਉਹ ਪੂਰੇ ਸਮਾਜ ਦੇ ਵਿੱਚ ਲੈ ਕੇ ਆਵਾਂਗੇ। ਸਾਰਿਆਂ ਨੂੰ ਇੰਨੀ ਬੇਨਤੀ ਕਰਦੇ ਹਾਂ, ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਆਪਾਂ ਸਾਰੇ ਸਾਥੀ ਖੜੇ ਹਾਂ, ਜੋ ਅਸਲੀਅਤ ਆ ਉਹ ਜ਼ਰੂਰ ਸਾਹਮਣੇ ਚਾਹੀਦੀ। ਅੱਜ ਇੱਕ ਹੋਰ ਜਿਹੜੀ ਆ ਸਾਡੇ ਚੇਅਰਮੈਨ ਸਾਹਿਬ ਨੇ ਵੀ ਜਦੋਂ ਪੁੱਛਿਆ ਦੱਸਿਆ ਵੀ ਇੱਥੇ ਨਾ ਕੋਈ DC ਸਭਾ, ਨਾ ਕੋਈ SSP ਜਾਂ DSP ਜਾਂ SSP ਲੈਵਲ ਦੇ ਉੱਪਰ ਕੋਈ ਵੀ ਸੀਨੀਅਰ ਅਧਿਕਾਰੀ ਜਿਹੜਾ ਉਹ ਪਰਿਵਾਰ ਦੇ ਵਿੱਚ ਨਹੀਂ ਆ। ਇੱਥੇ ਦੇ ਜਿਹੜੇ ਵਿਧਾਇਕ ਆ ਜੋ ਇਲੈਕਸ਼ਨ ਜਿੱਤੇ ਆ,
ਇਹ ਜਿਹੜੀ ਜਾਤੀ ਵਿਤਕਰਾ ਜਿਹੜਾ ਇਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਜਾਤੀ ਵਿਤਕਰਾ ਜੇਕਰ ਕਿਸੇ ਪਰਿਵਾਰ ਦਾ ਜੀ ਚੱਲ ਗਿਆ ਤਾਂ ਸਾਡਾ ਫਰਜ਼ ਬਣਦਾ, ਇੱਕ ਇੰਟਰਨੈਸ਼ਨਲ ਖਬਰ ਬਣੀ ਆ। ਸੋ ਸਾਰੇ ਚੈਨਲ ਦੇ ਉੱਪਰ ਚਾਹੇ ਆਜ ਤੱਕ ਹੋਵੇ, ABP ਤੇ ਹੋਵੇ, NDTV ਤੇ, ਇਹ ਜਿਹੜੀ ਖਬਰਾਂ ਚੱਲਦੀਆਂ ਵੀ ਐਡਾ ਮਸਲਾ ਜਿਹੜਾ ਹੋਣ ਦੇ ਬਾਵਜੂਦ ਇੱਥੇ ਸੀਨੀਅਰ ਅਧਿਕਾਰੀ ਜਿਹੜਾ ਨਾ ਇੱਥੇ ਦੇ ਵਿਧਾਇਕ ਜਿਹੜੇ ਨਹੀਂ ਆਏ। ਸੋ ਉਹਨਾਂ ਨੂੰ ਵੀ ਜਾਤ ਪਾਤ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜਦੋਂ ਕੋਈ ਅਧਿਕਾਰੀ ਬਣ ਜਾਂਦਾ ਉਹਨਾਂ ਦਾ ਫਰਜ਼ ਬਣਦਾ ਕਿਸੇ ਵੀ ਜਾਤ ਦਾ ਅਤੇ ਉਹਨਾਂ ਦੇ ਨਾਲ ਦੁੱਖ ਦੀ ਘੜੀ ਵਿੱਚ ਖੜਾ ਹੋਣਾ। ਪਰ ਇਹ ਸਿਸਟਮ ਅਜੇ ਤੱਕ ਵੀ ਜਿਹੜਾ ਬਾਬਾ ਸਾਹਿਬ ਬੀ ਅੰਬੇਦਕਰ ਜੀ ਨੇ ਸੰਵਿਧਾਨ ਵਿੱਚ ਵੀ ਕੀਤਾ ਜਾਤ ਪਾਤ ਤੋੜਨ ਦਾ, ਪਰ ਅਜੇ ਤੱਕ ਵੀ 21ਵੀਂ ਸਦੀ ਵਿੱਚ ਵੀ ਜਿਹੜਾ ਆਪਾਂ ਜਾਤ ਪਾਤ ਨਹੀਂ ਤੋੜ ਸਕੇ। ਪਰ ਗੁਰਵਧਾਰ ਟੈਗਰ ਫੋਰਸ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਉਵੇਂ ਸਮੇਂ ਤੱਕ ਜਿਹੜੀ ਜਾਤ ਪਾਤ ਜਿਹੜੀ ਬਣਾਈ ਆ ਲੋਕਾਂ ਨੇ ਇਹ ਤੋੜ ਕੇ ਦਿਖਾਵਾਂਗੇ। ਜੋ ਸੰਵਿਧਾਨ ਬਾਬਾ ਸਾਹਿਬ ਬੀ ਅੰਬੇਦਕਰ ਜੀ ਨੇ ਦਿੱਤਾ ਆ ਉਹਦੇ ਜੋ ਵੀ ਧਾਰਨਾਵਾਂ ਲੱਗਦੀਆਂ ਉਹਦੇ ਤਹਿਤ ਪੂਰਨ ਤੌਰ 'ਤੇ ਉਹਦਾ ਪਹਿਰਾ ਦੇਵਾਂਗੇ। ਸੋ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ।